ਇਹ ਸਮਾਜ ਦੀ ਭੀੜ ਵਿੱਚ ਬਹੁਤ ਸਾਰੇ ਐਸੇ ਹੀਰੇ ਹਨ ਜਿਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ, ਪਰ ਜੋਰੀ ਬਹੁਤ ਘੱਟ ਨੇ। ਜਿਨ੍ਹਾਂ ਦੀ ਬਾਂਹ ਦਰਸ਼ਕ ਫੜ ਲੈਂਦੇ ਨੇ ਉਹ ਜ਼ਰੂਰ ਇਸ ਭੀੜ ਤੋਂ ਬਾਹਰ ਨਿਕਲਦੇ ਨੇ, ਕਿਉਂਕਿ ਗਰੀਬ ਦੇ ਬੱਚੇ ਵਿੱਚ ਕਲਾ ਜਾਂ ਫਿਰ ਹੁਨਰ ਤਾਂ ਹੁੰਦਾ ਹੈ, ਪਰ ਕਈ ਵਾਰ ਗਰੀਬੀ ਰਾਹ ਵਿੱਚ ਰੋੜਾ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਧੀ ਨਾਲ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਮਿਲਾਉਣ ਜਾ ਰਹੇ ਹਾਂ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੈਤੋ ਸਿਰਜੇ ਵਿਖੇ ਰਹਿੰਦੀ ਹੈ ਅਤੇ ਆਪਣੇ ਬਾਪ ਨਾਲ ਘਰ ਦਾ ਗੁਜ਼ਾਰਾ ਕਰਨ ਲਈ ਕਦੇ ਇੱਟਾਂ ਦੇ ਪੱਠੇ 'ਤੇ ਅਤੇ ਕਦੇ ਜ਼ਿਮੀਂਦਾਰ ਦੇ ਖੇਤਾਂ ਵਿੱਚ ਜਿੱਥੇ ਦਿਹਾੜੀ ਮਿਲੇ ਉੱਥੇ ਕਰਦੀ ਹੈ ਇਹ ਧੀ। ਪਰ ਆਵਾਜ਼ ਵਿੱਚ ਇੰਨਾ ਜਾਦੂ ਚੰਗੇ ਚੰਗੇ ਕਲਾਕਾਰਾਂ ਨੂੰ ਪਾਉਂਦੀ ਇਹ ਗਰੀਬਣੀ ਧੀ ਮਾਤ। ਬਾਪ ਨੂੰ ਦੇਖ ਧੀ ਨੂੰ ਪਿਆ ਸ਼ੌਂਕ। ਬਾਪ ਨੂੰ 40 ਸਾਲ ਦੇ ਕਰੀਬ ਹੋ ਗਏ ਗਾਉਂਦੇ ਨੂੰ ਤੇ ਧੀ ਨੂੰ ਹੋ ਗਏ 10 ਸਾਲ, ਪਰ ਕੋਈ ਮੁਕਾਮ ਨਹੀਂ ਹੋਇਆ ਹਾਸਲ। ਮਦਦ ਮੰਗ ਰਹੀ ਹੈ ਗਰੀਬਣੀ ਧੀ ਸਿਰਫ ਸਪੋਰਟ ਦੀ, ਤਾਂ ਜੋ ਆਪਣੇ ਘਰ ਦੇ ਹਾਲਾਤ ਠੀਕ ਕਰ ਸਕੇ। ਚਲੋ ਕੁਝ ਘਰ ਦੇ ਹਾਲਾਤ ਕਹਿੰਦੇ ਕਿ ਅੱਗੇ ਮੈਂ ਨਹੀਂ ਪੜ੍ਹ ਸਕੇ, ਤੇ ਫਿਰ ਥੋੜ੍ਹਾ ਮਤਲਬ ਕਿ ਆਪਾਂ ਭੱਠੇ 'ਤੇ ਵੀ ਡੈਡੀ ਦੇ ਨਾਲ ਭੱਠੇ 'ਤੇ ਵੀ ਕੰਮ ਕਰਨ ਜਾਂਦੇ ਰਹੀ ਹਾਂ। ਹੁਣ ਵੀ ਚਲੋ ਡੈਡੀ ਕੋਈ ਕੁਛ ਦਿਹਾੜੀ ਲਾਉਂਦੇ ਨੇ ਅਤੇ ਮੈਂ ਥੋੜ੍ਹੇ ਬਹੁਤੇ ਪ੍ਰੋਗਰਾਮ ਲਾ ਲੈਂਦੀ, 500-600 ਰੁਪਇਆ ਘਰ ਚੱਲ ਜਾਂਦਾ, ਚਲੋ ਗੁਜ਼ਾਰਾ ਹੋ ਜਾਂਦਾ ਸਾਡੇ ਘਰ ਦਾ। ਅਤੇ ਮੇਰੇ ਦਰਸ਼ਕਾਂ 'ਤੇ ਇਹੋ ਅਪੀਲ ਆ ਕਿ ਤੁਸੀਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਮੈਂ ਕੁਛ ਮੇਰੇ ਜਿਹੜੇ ਸੁਪਨੇ ਮੈਂ ਸੋਚੇ ਨੇ ਉਹ ਪੂਰੇ ਹੋ ਜਾਣ। ਰੂਹਾਨੀਅਤ ਨੇ ਦੱਸਿਆ 10 ਸਾਲ ਹੋ ਗਏ ਉਸਨੂੰ ਗਾਉਂਦੇ, ਬਾਪ ਵੱਲ ਦੇਖ ਕੇ ਸ਼ੌਂਕ ਪੈਦਾ ਹੋਇਆ, ਪਰ ਨਾ ਤਾਂ ਬਾਪ ਨੂੰ ਕੋਈ ਮੁਕਾਮ ਹਾਸਲ ਹੋਇਆ ਤੇ ਨਾ ਹੀ ਮੈਨੂੰ। ਘਰ ਦੇ ਗੁਜ਼ਾਰੇ ਲਈ ਜਿਸ ਤਰ੍ਹਾਂ ਦਾ ਕੰਮ ਮਿਲਦਾ ਹੈ ਮੇਰੇ ਵੱਲੋਂ ਤੇ ਬਾਪ ਵੱਲੋਂ ਕੀਤਾ ਜਾਂਦਾ ਹੈ। ਉਸਨੇ ਕਿਹਾ, ਨੂਰਾ ਸਿਸਟਰ ਨੂੰ ਪਸੰਦ ਕਰਦੀ ਹਾਂ, ਮਨ ਕਰਦਾ ਉਹਨਾਂ ਨੂੰ ਮਿਲਣ ਦਾ, ਪਰ ਘਰ ਦੇ ਹਾਲਾਤ ਉੱਥੋਂ ਤੱਕ ਨਹੀਂ ਪਹੁੰਚਣ ਦਿੰਦੇ। ਸਿਰਫ ਮੈਂ ਦਰਸ਼ਕਾਂ ਕੋਲੋਂ ਸਪੋਰਟ ਦੀ ਮਦਦ ਮੰਗਦੀ ਹਾਂ। ਰੂਹਾਨੀਅਤ ਦੇ ਪਿਤਾ ਨੇ ਦੱਸਿਆ ਕਿ ਬਹੁਤ ਸੰਘਰਸ਼ ਕਰਨਾ ਪਿਆ ਜ਼ਿੰਦਗੀ ਵਿੱਚ, ਪਰ ਕੋਈ ਕਾਮਯਾਬੀ ਨਹੀਂ ਮਿਲੀ। 40 ਸਾਲ ਤੋਂ ਮੈਂ ਗਾ ਰਿਹਾ ਹਾਂ ਤੇ ਗੀਤ ਵੀ ਲਿਖ ਰਿਹਾ ਹਾਂ, 10 ਸਾਲ ਤੋਂ ਮੇਰੀ ਧੀ ਵੀ ਗਾ ਰਹੀ ਹੈ, ਪਰ ਗਰੀਬੀ ਦੇ ਅੱਗੇ ਨਹੀਂ ਵਧਣ ਦਿੱਤਾ। ਹੁਣ ਸਿਰਫ ਦਰਸ਼ਕ ਹੀ ਹਨ ਜੋ ਧੀ ਮੇਰੀ ਦੀ ਸਪੋਰਟ ਕਰ ਸਕਦੇ ਨੇ, ਜਿਸ ਨਾਲ ਉਸ ਦੀ ਪਹਿਚਾਣ ਬਣ ਸਕੇ। ਬੇਟੀ ਇੱਕ ਵਿਆਹੀ ਆ ਤੇ ਦੂਸਰੀਆਂ ਜੇ ਛੋਟੀਆਂ ਦੋ ਵਿਆਹ ਵਾਲੀਆਂ, ਬੱਚੇ ਸਾਰਿਆਂ ਛੋਟਾ ਹੈ। ਹਾਲਾਤ ਜਿਉਂ ਤੋਂ ਆਪਣੀ ਹੋਸ਼ ਸੰਭਾਲੀ ਆ, ਬਸ ਟਾਈਮ ਦੀਆਂ ਬਾਤਾਂ। ਬਾਕੀ ਬਾਤ ਇਹ ਹੈ ਵੀ ਗਾਇਕੀ ਦੇ ਖੇਤਰ ਚਾਹੀਏ ਅਤੇ ਯਤਨ ਤਾਂ ਬੜਾ ਇਨਸਾਨ ਕਰਦਾ, ਪਰ ਕਹਿੰਦੇ ਆਸ਼ਕ ਅਤੇ ਗਰੀਬ ਦੇ ਚਾਹ ਹੋਣ ਨਾ ਪੂਰੇ। ਇਹ ਸਤਿਗੁਰ ਦੀ ਮੌਜ ਹੋਵੇ ਤਾਂ ਫਿਰ ਸਭ ਕੁਛ ਹੋ ਸਕਦਾ, ਅਤੇ ਇਹ ਸਤਿਗੁਰ ਹੀ ਨਜ਼ਰ ਕਰੂਗਾ, ਕਿਉਂਕਿ ਤੁਹਾਡੇ ਵਰਗੀਆਂ ਰੂਹਾਂ ਨੇ ਇਸ ਇਨਸਾਨ ਨੂੰ ਹੋ ਸਕਦਾ ਕਿਤੇ ਆਪਣੇ ਚਰਨਾਂ ਦੀ ਧੂੜ ਬਖਸ਼ ਦੇਣ, ਤਾਂ ਕਰਕੇ ਇਹ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ। ਕਿਉਂਕਿ ਗਰੀਬੀ ਦੇ ਵਿੱਚ ਰਹਿ ਕੇ ਕਲਾਕਾਰੀ ਅਤੇ ਕਿਧਰੇ ਕੋਈ ਵੀ ਕੰਮ ਜਿਹੜਾ ਨਹੀਂ ਸੰਪੂਰਨ ਹੁੰਦਾ। ਮੈਨੂੰ ਤਾਂ ਤਕਰੀਬਨ ਮੈਂ 90-92 ਤੋਂ ਪਹਿਲਾਂ ਤੋਂ ਗਾਉਣਾ, ਮਕਾਮ ਇਹੋ ਹੀ ਹੈ ਜੀ, ਜਿੱਥੇ ਜਾਣਾ ਕਿਸੇ ਦੇ ਨਾਲ ਜਾਣਾ, ਕਿਸੇ ਦੇ ਨਾਲ ਗਾ ਕੇ ਆਉਣਾ। ਮਾਪਿਆਂ ਦੇ ਘਰ ਦੀ ਖੈਰ